ਅੱਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੀ ਸੰਗਤ ਦਰਸ਼ਨ ਦਾ ਹਾਲ ਜਾਣ ਲੈਂਦੇ ਹਾਂ ਜੋ ਕਿ ਨਵਾਂ ਸ਼ਹਿਰ ਦੇ ਵਿੱਚ ਕੀਤੇ ਗਏ। ਮੁੱਖ ਮੰਤਰੀ ਬਾਦਲ ਨੇ ਆਪਣੀ ਫਿਤਰਤ ਮੁਤਾਬਕ ਵਿਕਾਸ ਦੇ ਕੰਮਾਂ ਦੀ ਝੜੀ ਤਾਂ ਲਗਾਈ, ਨਾਲ ਹੀ ਉਹਨਾਂ 1984 ਮਾਮਲੇ ਦੇ ਵਿੱਚ SIT ਦੀ ਦਿੱਲੀ ਦੇ ਵਿੱਚ ਫਾਈਲ ਗੁਆਚਣ ਦੇ ਮਾਮਲੇ 'ਤੇ ਕੋਈ ਢੁੱਕਵਾਂ ਜਵਾਬ ਨਾ ਦਿੰਦੇ ਹੋਏ ਦਿੱਲੀ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਸੁੱਟ ਦਿੱਤੀ। ਨਾਲ ਹੀ ਉਹਨਾਂ ਸੁਨੀਲ ਜਾਖੜ ਵੱਲੋਂ ਅਕਾਲੀ ਦਲ ਦੇ ਸ਼ਿਵ ਲਾਲ ਡੋਡਾ ਦੇ ਨਾਲ ਸੰਬੰਧਾਂ ਦੇ ਇਲਜ਼ਾਮਾਂ ਦਾ ਖੰਡਨ ਕੀਤਾ। ਦਿੱਲੀ ਸਿੱਖ ਕਤਲੇਆਮ ਦੀ ਫਾਈਲ ਗੁਆਚਣਾ ਸ਼ਾਇਦ ਮੁੱਖ ਮੰਤਰੀ ਬਾਦਲ ਦੇ ਲਈ ਜ਼ਿਆਦਾ ਜ਼ਰੂਰੀ ਨਹੀਂ ਹੈ, ਇਸ ਲਈ ਉਹ ਜਵਾਬ ਦੇਣ ਤੋਂ ਵੀ ਕਤਰਾਉਂਦੇ ਨਜ਼ਰ ਆਏ। ਅਬ ਕੋਈ ਨਾ ਡੋਡਾ ਕੋ ਹਮਾਰੇ ਸਾਥ ਉਸਕੇ ਤਲਕਾਤ ਹੈ, ਨਾ ਕੋਈ ਉਸਕਾ ਹਮਾਰੇ ਸਾਥ ਅਕਾਲੀ ਦਲ ਕੇ ਸਾਥ ਤਲਕ ਹੈ। ਜੋ ਆਪ ਲਿਖ ਦੇਤੇ ਹੈ ਲੋਕ ਸਮਝਦੇ ਕਿ ਸੱਚ ਹੈ। ਮੈਂ ਤੋ ਆਪਕੋ ਕਿਆ ਕਹੂੰ, ਆਪ ਮਹਾਨ ਆਦਮੀ ਹੈ, ਪ੍ਰੈਸ ਕੇ ਸਾਥ ਦੁਸ਼ਮਣੀ ਲੈਣੀ ਵੀ ਬੜੀ ਮੁਸ਼ਕਲ ਹੈ। ਉਹ ਜਾਖੜ ਸਾਹਿਬ ਦੇਖੋ ਅਪੋਜੀਸ਼ਨ ਵਾਲੇ ਕਹਿ ਦਿੰਦੇ, ਜਾਖੜ ਸਾਹਿਬ ਦਾ ਮੈਂ ਬੜਾ ਸਤਿਕਾਰ ਕਰਦਾ, ਲੇਕਿਨ ਸਾਡਾ ਉਹਦੇ ਨਾਲ ਤਲਕ ਹੀ ਨਹੀਂ। ਜੋ ਕੁਛ ਮੈਰਿਟ ਆ 12-13 ਬੰਦੇ ਫੜ ਲੈਣ, ਦੂਜੇ ਹੋਰ ਇੱਕ ਦੋ ਰਹਿੰਦੇ ਉਹ ਫੜ ਲੈਣਗੇ। ਜੋ ਸਭ ਜੀ ਮੈਂ ਦਿੱਲੀ ਇਨਕੁਆਇਰੀ ਕਰਨੀ ਉਹਦੀ, ਬਹੁਤ ਸਵਾਲ ਪੁੱਛੋ ਜਿਹੜਾ ਮੈਨੂੰ ਪਤਾ ਹੋਵੇ।